ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਨਗਰ ਨਿਗਮ, ਨਗਰ ਕੌਂਸਲ, ਪੰਚਾਇਤਾਂ, ਚੇਅਰਮੈਨੀਆਂ ਸਮੇਤ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੇ ਵੀ ਆਪਣੇ ਚਹੇਤਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਇਸ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਮੋਰਿੰਡਾ ਦੁੱਧ ਉਤਪਾਦਕ ਸਹਿਕਾਰੀ ਸਭਾ ਦੀ ਚੋਣ ਹੋਣੀ ਸੀ। ਇਸ ਸਭਾ ਤੇ ਪਿਛਲੇ ਸਮੇਂ ਅਕਾਲੀ ਦਲ ਦਾ ਕਬਜ਼ਾ ਸੀ, ਪਰ ਕੁਝ ਕਾਂਗਰਸ ਦੇ ਚਹੇਤੇ ਇਸ ਡੈਰੀ ਉੱਤੇ ਵੀ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਾਂਗਰਸੀ ਲੀਡਰਾਂ ਤੋਂ ਉੱਚ ਅਧਿਕਾਰੀਆਂ ਕੋਲ ਆਪਣੀ ਸਿਫਾਰਿਸ਼ ਲਵਾਈ ਅਤੇ ਚੋਣਾਂ ਨੂੰ ਸਮੇਂ ਸਿਰ ਮੁਲਤਵੀ ਕਰਵਾ ਦਿੱਤਾ। ਇਸ ਮੌਕੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਕੰਗ ਨੇ ਦੱਸਿਆ ਕਿ ਕਾਂਗਰਸ ਸਰਕਾਰ ਆਪਣੇ ਚਹੇਤਿਆਂ ਨੂੰ ਇਸ ਸਭਾ ਦੀ ਪ੍ਰਧਾਨਗੀ ਦਿਵਾਉਣਾ ਚਾਹੁੰਦੀ ਹੈ, ਇਸ ਕਾਰਨ ਚੋਣ ਸਮੇਂ ਸਿਰ ਮੁਲਤਵੀ ਕਰਵਾਈ ਜਾ ਰਹੀ ਹੈ। ਲਿਖਤੀ ਸ਼ਿਕਾਇਤਾਂ ਕਰ ਦਿੱਤੇ ਸੀ ਕਿ ਸਾਡਾ ਪ੍ਰੋਗਰਾਮ ਰੱਦ ਹੋ ਸਕਦਾ ਹੈ ਜਾਂ ਇੰਸਪੈਕਟਰ ਦੀ ਬਦਲੀ ਹੋ ਸਕਦੀ ਹੈ। ਸਾਡੀ ਉਹੀ ਗੱਲ, ਸਾਡੇ ਪਰ ਪ੍ਰਸ਼ਾਸਨ ਸਰਕਾਰ ਜ਼ੋਰ ਲਾ ਰਹੀ ਆ ਵੀ ਇਹਨਾਂ ਦੀ ਜਿਹੜੀ ਚੋਣ ਨਾ ਹੋਵੇ। ਕਾਰਨ ਕੀ ਹੈ ਜੀ? ਕਾਰਨ ਕੀ ਹੈ? ਕਾਰਨ ਜੀ ਵੀ ਅਸੀਂ ਇੱਥੇ ਸਾਡੀ ਸਭਾ ਬਹੁਤ ਵਧੀਆ ਚੱਲਦੀ ਆ, ਜਿਹੜੇ 2-4 ਮੈਂਬਰ ਆ ਸਾਡੇ ਉਹ ਸਾਨੂੰ ਨਹੀਂ ਚੰਗੇ ਸਮਝਦੇ। ਆਪਣਾ ਘਰ ਸੀਗਾ ਜੀ ਸ਼ਨੀਵਾਰ, ਅਤੇ ਮੈਨੂੰ 12:15 ਇੱਥੋਂ ਕਲਰਕ ਦਾ ਫੋਨ ਆਇਆ, ਚੌਕੀਦਾਰ ਨੇ ਕਮਰਾ ਖੋਲ੍ਹਿਆ ਕਿ ਜੀ ਕਮਰੇ ਦੇ ਅੰਦਰ ਬਹੁਤ ਧੂੰਆਂ ਧਾਰ ਹੋ ਰਿਹਾ ਜੀ। ਅਤੇ ਉਹ ਤੋਂ ਬਾਅਦ ਫਿਰ ਮੈਂ ਜਦੋਂ ਦਫ਼ਤਰ ਆਇਆ, ਮੈਂ ਕਿਸਾਨ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਆ ਕੇ ਦੇਖਿਆ, ਦਫ਼ਤਰ ਦੇ ਸਾਰੇ ਹੋਰ ਬੰਦੇ ਬਹੁਤ ਆ ਗਏ ਸੀਗੇ। ਅਤੇ ਉਹਦੇ ਵਿੱਚ ਫਿਰ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ, ਅਸੀਂ ਇੱਕ ਕਮੇਟੀ ਗਠਿਤ ਕੀਤੀ ਹੈ 2 SDO ਦੀ, ਅਤੇ ਬਾਕੀ ਉਹਨਾਂ ਨੂੰ ਕਿਹਾ ਵੀ ਜੋ ਵੀ ਰਿਕਾਰਡ ਹੈਗਾ ਉਹਦਾ ਦੇਖ ਕੇ ਲਿਸਟਾਂ ਬਣਾ ਕੇ ਰਿਪੋਰਟ ਕੀਤੀ ਜਾਵੇ। ਅੱਜ ਜਦੋਂ ਮੈਂ ਦਫ਼ਤਰ ਆਇਆ ਤਾਂ ਸਟਾਫ ਨੇ ਇੱਥੇ ਦੱਸਿਆ ਵੀ BML ਦੇ ਵਿੱਚ ਕੁਛ ਸਪਾਰਕਿੰਗ ਕਰਕੇ ਆਪਣਾ ਜਰਨਲ ਬ੍ਰਾਂਚ ਅੱਗ ਲੱਗੀ ਹੈ। ਜਿਹੜਾ ਉੱਥੇ ਰਿਕਾਰਡ ਸੀਗਾ ਇੰਪਲਾਈ ਨੂੰ ਡੀਲ ਕਰਨ ਵਾਲਾ ਰਿਕਾਰਡ ਸੀ ਜ਼ਿਆਦਾਤਰ, ਅਤੇ ਮੈਨੂੰ ਇਹਨਾਂ ਨੇ ਦੱਸਿਆ ਵੀ ਕਿਉਂਕਿ ਮੈਂ ਪ੍ਰਧਾਨ ਹੈ ਇੱਥੇ ਪੰਜਾਬ ਦਾ ਮਿਨਿਸਟਰ ਸਟਾਫ ਦਾ, ਵੀ ਆ ਕੇ ਮਾੜਾ ਜਿਹਾ ਤੁਸੀਂ ਵੀ ਜਿਵੇਂ ਕੀ ਕੋਰਸਪੋਂਡੈਂਸ ਕਰਨੀ ਹੈ। ਇਹਨਾਂ ਨੇ ਕੁਛ ਕੋਰਸਪੋਂਡੈਂਸ ਪਹਿਲਾਂ ਕਰਤੀ ਸੀ, ਕਮੇਟੀ ਦਾ ਗਠਨ ਮੈਂ ਕਿਉਂਕਿ ਉੱਚ ਦਫ਼ਤਰ 'ਚ ਵੀ ਹੈ, ਅਤੇ ਉਹਦੇ ਬਾਰੇ ਸਲਾਹ ਮਸ਼ਵਰਾ ਕਰਕੇ ਅਸੀਂ ਜਿਹੜੀ ਕਮੇਟੀ ਵੀ ਗਠਿਤ ਕੀਤੀ ਹੈ। ਇਹਦੇ ਵਿੱਚ ਪੈਨਸ਼ਨ ਨਾਲ ਸੰਬੰਧਿਤ ਕੁਛ ਰਿਕਾਰਡ ਜਿਵੇਂ ਪੁਰਾਣੀਆਂ ਫਾਈਲਾਂ ਅਤੇ ਜਿਹਨੂੰ ਕਹਿੰਦੇ ਜਾਂ ਮੈਡੀਕਲ ਦੀ ਇੱਕ ਸਕੀਮ ਜੀ ਸ਼ੁਰੂ ਹੋਈ ਸੀ ਉਹਦੀਆਂ ਕੁਛ ਫਾਈਲਾਂ, ਅਤੇ ਹੋਰ ਥੋੜ੍ਹਾ ਜਿਹਾ ਜਰਨਲ ਬਣਾ, ਕਿਉਂਕਿ ਸਾਡਾ ਜਿਹੜਾ ਮੇਨ ਰਿਕਾਰਡ ਹੈ ਉਹ ਇੱਧਰ ਵਰਕਸ ਨਾਲ ਸੰਬੰਧਿਤ ਪਰਲੇ ਬਚਾਅ ਇਸ ਗੱਲ ਦਾ ਰਹਿ ਗਿਆ ਵੀ ਪਰਲੇ ਪਾਸੇ ਹੈ ਇੱਕ ਕਮਰਾ, ਅਤੇ ਦੂਆ ਜਿਹੜਾ ਐਸਟੀਮੇਟਰ ਨਾਲ ਉੱਧਰਲੇ ਪਾਸੇ ਹੈ ਵੀ ਜਿਹੜਾ ਸਰਕਾਰ ਜਿਹੜਾ ਅਹਿਮ ਰਿਕਾਰਡ ਸੀਗਾ ਵੀ ਇਹ ਅੱਗ ਵਧਣ ਤੋਂ ਬਚ ਗਈ, ਥੋੜ੍ਹਾ ਜਿਹਾ ਉਹਦੇ ਥੱਲੇ ਦੇ ਰੈਕ ਜਿਹਦੇ ਵਿੱਚ ਜਿੱਥੇ ਟਿਊਬ ਹੈ ਜਿੱਥੇ ਸਪਾਰਕਿੰਗ ਉਹਦੇ ਥੱਲੇ ਦੇ ਰੈਕਾਂ ਦੀਆਂ 2-4 ਫਾਈਲਾਂ, ਜਿਹੜਾ 2 ਰੈਕਾਂ ਦੀਆਂ ਫਾਈਲਾਂ ਨੂੰ ਨੁਕਸਾਨ ਪਹੁੰਚਿਆ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.